ਮਹੱਤਤਾ ਹੁੰਦੀ ਹੈ ਕਿਉਂਕਿ ਉਹਦੇ ਨਾਲ ਅੱਧਾ ਅੰਕ ਜੁੜਿਆ ਹੁੰਦਾ ਤੇ ਜਿਹੜੀ ਟੀਮ ਅਖੀਰ ਤੱਕ ਬਰਾਬਰ ਰਹਿੰਦੀ ਹੈ ਪਰ ਉਹ ਅੱਧੇ ਅੰਕ ਦੇ ਨਾਲ ਜਿੱਤਾਂ ਹਾਰਾਂ ਹੋ ਜਾਂਦੀਆਂ ਨੇ। ਜੱਗਾ ਆ ਗਿਆ ਕਹਿੰਦੇ ਕੋਟੇ ਬੂੰਦੀ ਵਾਲਾ ਰਾਜਸਥਾਨ ਵਾਲਾ ਕਬੱਡੀ ਭਾ ਰਿਹਾ ਜੱਗਾ ਜੰਮਿਆ ਤੇ ਮਿਲਣ ਵਧਾਈਆਂ ਵੱਡਾ ਹੋ ਕੇ ਕਬੱਡੀ ਖੇਡਦਾ ਪੁਰਾਣੀਆਂ ਗੱਲਾਂ ਨੇ ਕਹਿੰਦੇ ਇਸ਼ਾਰਾਂ ਦੀਆਂ ਲਿਖੀਆਂ ਹੋਈਆਂ ਜੱਗੇ ਦੀ ਪਈ ਹੋਈ ਕਬੱਡੀ ਤੇ ਚਾਰ ਨੇ ਤੇ ਚਾਰਾਂ ਦੇ ਵਿੱਚੋਂ ਇੱਕ ਪਾਸੇ ਮੌੜ ਖੜਾ ਹਾਕਮ ਸਿੰਘ ਵਾਲਾ ਪਰ ਆਏ ਮਖੰਡ ਵਾਲਾ ਹਰਿਆਣੇ ਵਾਲਾ ਰਾਜੀਵ ਪੰਡਿਤ ਕਹਿੰਦੇ ਅਮਰਜੀਤ ਸੋਹਤੇ ਉਹਨਾਂ ਦੀ ਟੀਮ ਦਾ ਤੇ ਨਾਲ ਕਹਿੰਦੇ ਜਸਰਾਜ ਨਾਰਥ ਫੈਡਰੇਸ਼ਨ ਦੇ ਮੈਚ ਹੋਏ ਸਾਲ ਅਗਲੇ ਸਾਲ ਦੀ ਉਡੀਕ ਰਹੇਗੀ। ਜੱਗਾ ਆ ਗਿਆ ਕਬੱਡੀ ਪਾਉਣ ਦੇ ਲਈ ਉੱਚਾ ਲੰਮਾ ਕੱਦ ਹੈ ਤੂਤਾਂ ਵਾਲੇ ਹਰਜੀਤ ਗੁਰਜੀਤ ਵਰਗਾ ਕੱਦ ਹੈ ਮੁੰਡੇ ਦਾ ਜਦੋਂ ਉਂਗਲੀ ਖੜੀ ਕਰੇਗਾ ਤੇ 8 ਫੁੱਟ ਨੂੰ ਟੱਪਣ ਵਾਲੀ ਗੱਲ ਹੋ ਜਾਣੀ ਹੈ ਪਰ ਦੂਜੇ ਪਾਸੇ ਵੀ ਮੁੰਡਾ 5 ਗ੍ਰਾਈ ਕਲਾਂ ਵਾਲਾ ਢੁੱਡੀ ਦਾ ਇਲਾਕਾ ਕੋਟ ਸੁਖੀ ਤੋਂ ਪਰਲੇ ਪਾਸੇ